ਮਿਰਜ਼ਾ ਸੁਣਿਆ ਬੜੀਆਂ ਤਾੜੀਆਂ ਮਾਰੀਆਂ, ਉਹਨੇ ਕਿਹੜਾ ਚੰਗਾ ਕੰਮ ਕੀਤਾ ਸੀ ਆਪਦੇ ਮਾਮੇ ਦੀ ਕੁੜੀ ਕੱਢ ਕੇ ਲੈ ਗਿਆ ਸੀਗਾ। ਮੈਂ ਇਹੀ ਕਹਿਣਾ ਚਾਹੁੰਦੀ ਸੀ, ਇਹ ਨੇ ਸੀਨੀਅਰ ਬੰਦੇ ਇਹ ਬੱਚਿਆਂ ਨੂੰ ਐਦਾਂ ਐਪਰੀਸ਼ੀਏਟ ਕਰਦੇ ਪਹਿਲਾਂ ਕੌਰਵੀ ਦੇ ਲਾਈਵ ਸਟੇਜ ਸ਼ੋਅ ਦੌਰਾਨ ਹੰਗਾਮਾ ਹੋ ਗਿਆ ਸੀ, ਉਸੇ ਤਰ੍ਹਾਂ ਹੀ ਹੁਣ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨਾਲ ਹੋਇਆ। ਜਦੋਂ ਗਾਇਕਾ ਗੁਰਲੇਜ਼ ਅਖਤਰ ਸਟੇਜ ਤੇ ਮਿਰਜ਼ਾ ਗੀਤ ਗਾਇਆ ਤਾਂ ਦਰਸ਼ਕਾਂ ਵੱਲੋਂ ਤਾੜੀਆਂ ਵਜਾਈਆਂ ਗਈਆਂ, ਤੇ ਜਦੋਂ ਸਟੇਜ ਸੈਕਟਰੀ ਨੇ ਆ ਕੇ ਇਸ ਤੇ ਟਿੱਪਣੀ ਕੀਤੀ ਤਾਂ ਗਾਇਕਾ ਗੁਰਲੇਜ਼ ਅਖਤਰ ਗੁੱਸੇ ਨਾਲ ਭੜਕ ਉੱਠੀ ਤੇ ਮਾਈਕ ਫੜ ਕੇ ਉਸਦਾ ਜਵਾਬ ਦਿੱਤਾ। ਤੁਸੀਂ ਮਿਰਜ਼ਾ ਸੁਣਿਆ ਬੜੀਆਂ ਤਾੜੀਆਂ ਮਾਰੀਆਂ, ਉਹਨੇ ਕਿਹੜਾ ਚੰਗਾ ਕੰਮ ਕੀਤਾ ਸੀ ਆਪਦੇ ਮਾਮੇ ਦੀ ਕੁੜੀ ਕੱਢ ਕੇ ਲੈ ਗਿਆ ਸੀਗਾ। ਸਾਡੀ ਕੌਮ ਨੂੰ ਇਹ ਨਹੀਂ ਪਤਾ ਵੀ ਕੀ ਗੱਲ ਹੈ ਤੇ ਕੀ ਨਹੀਂ, ਸੋ ਇਸ ਵਾਸਤੇ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ, ਇਹੋ ਹੀ ਮੇਲਾ ਇਸੇ ਤਰ੍ਹਾਂ ਹੀ ਆਪਾਂ ਇੱਥੇ ਰੱਖਾਂਗੇ। ਨੱਚਣ ਵਾਲੇ ਜਿੰਨੇ ਵੀ ਤੁਸੀਂ ਹੈਗੇ ਆਪਣੇ ਆਪ ਦਾ ਦਿਲ 'ਚ ਨਾ ਰੱਖਿਓ, ਹੁਣ ਤੁਹਾਡੇ ਸਾਹਮਣੇ ਆ ਰਿਹਾ ਗਿੱਲ ਹਰਦੀਪ ਤੇ ਤੁਸੀਂ ਸੁਣ ਕੇ ਜਾਇਓ ਜਰਾ ਧਿਆਨ ਨਾਲ, ਇਸ ਵਾਸਤੇ ਦੇਖਿਓ ਤਾਂ ਕਿ ਬਹੁਤ ਸਾਰੇ ਕਲਾਕਾਰ ਗਾਉਂਦੇ ਆ ਹਮੇਸ਼ਾ ਹੀ। ਮੈਂ ਇਹੀ ਕਹਿਣਾ ਚਾਹੁੰਦੀ ਸੀ, ਇਹ ਨੇ ਸੀਨੀਅਰ ਬੰਦੇ ਇਹ ਬੱਚਿਆਂ ਨੂੰ ਐਦਾਂ ਐਪਰੀਸ਼ੀਏਟ ਕਰਦੇ ਆ। ਨਹੀਂ ਕਰਦੇ ਨਹੀਂ ਜੀ, ਹਾਈ ਸਹੀ ਗੱਲ ਹੈ, ਤੁਹਾਨੂੰ ਪਤਾ ਨਹੀਂ ਉਹ ਮਾਮੇ ਦੀ ਕੁੜੀ ਸਾਡੇ ਕੌਮ ਉਹ ਹੈਗਾ, ਅਸੀਂ ਤਾਂ ਕਹੀ ਜਾਂਦੇ ਆ ਉਹ ਬੀਬਾ, ਅਸੀਂ ਤਾਂ ਤੈਨੂੰ ਕਹੀ ਜਾਂਦੇ ਅਸੀਂ ਤੈਨੂੰ ਤੁਹਾਨੂੰ ਨਹੀਂ ਗੱਲ ਕਰਦੇ, ਉਹ ਸਾਰਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਨਹੀਂ ਕਿਹਾ, ਜਿੰਨੇ ਵੀ ਗਾਉਂਦੇ ਆ ਮੈਂ ਤਾਂ ਗੱਲ ਕਰ ਤੁਹਾਨੂੰ ਬਾਈ ਜੀ, ਅਸੀਂ ਇੱਥੇ ਆ ਨਾ ਹੋਰ ਤਾਂ ਕੋਈ ਹੈ ਨਹੀਂ, ਜਿਨ੍ਹਾਂ ਨੂੰ ਤੁਸੀਂ ਪੇਸ਼ ਕਰਾਉਂਦੇ ਉਹ ਵੀ ਮਿਰਜ਼ਾ ਗਾਉਂਦੇ, ਹੁਣ ਤੇ ਅਸੀਂ ਖੜੇ ਨਾ ਇੱਥੇ ਬਾਈ ਜੀ, ਨਹੀਂ ਨਹੀਂ ਹੁਣ ਜਿਨ੍ਹਾਂ ਨੂੰ ਤੁਸੀਂ ਪੇਸ਼ ਕਰਾਉਣਾ ਉਹਨਾਂ ਨੇ ਵੀ ਮਿਰਜ਼ਾ ਗਾਉਣਾ, ਏਦਾਂ ਨਹੀਂ ਹੁੰਦਾ ਬਾਈ ਜੀ, ਅਸੀਂ ਰਿਸਪੈਕਟ ਕਰਦੇ ਤੁਹਾਡੀ। ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ, ਮੈਂ ਤਾਂ ਕਿਸੇ ਦੀ ਗੱਲ ਨਹੀਂ ਕੀਤੀ ਜੀ। ਹਾਂਜੀ ਮੈਨੂੰ ਸਮਝ ਨਹੀਂ ਆਉਂਦੀ ਵੀ ਦੁੱਖ ਕਿਉਂ ਲੱਗਿਆ, ਮੈਂ ਤਾਂ ਕਿਹਾ ਕਿਸੇ ਨੂੰ ਹੋਰ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਗਾਇਕ ਜਾਂ ਗਾਇਕਾ ਨਾਲ ਸਟੇਜ ਸ਼ੋਅ ਦੌਰਾਨ ਤਕਰਾਰਬਾਜ਼ੀ ਹੋਈ ਹੋਵੇ। ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।